अगली कविता है पालकौर जी दी बचपन। ये दार्शनिक रंग वाली कविता है। इहदे विच कवित्री दा कहना है कि बचपन सिर्फ उही 4-5 साल दा जिन्हों आपां मानदे हां उही बचपन नहीं हुंदा, असल दे विच इंसान सारी उम्र बचपन ही हंडाउंदा है। क्योंकि जेकर असी देखिए तां इंसान दीआं जिहड़ीआं हरकतां उह बुढ़ापे तक बच्चिआं वालीआं ही हुंदीआं। पढ़दे हां की कहिंदी है पाल कौर बचपन बारे। कहिंदे ने कि बचपन दी एक उम्र हुंदी है, पर असल विच बचपन ही सारी उम्र हुंदी है। असी जवानी ते बुढ़ापे दे भरम विच ता उम्र बचपन ही जिउंदे हाँ। पाल कौर जी का की कहना है कि लोग कहिंदे आ कि बचपन दी एक उम्र हुंदी है, जिवें आपां मानदे आ कि एक तों 5 साल या 7-8 साल तक भी बच्चा ही हुंदा है, बचपन ही रहिंदा है। पर कहिंदी इहो जिहा कुछ नहीं है। कहिंदी असी सारी उम्र ही बचपन ही बिताउने आ। सानूं सिर्फ एक भुलेखा हुंदा कि बंदा जवान हो चुका है जां बुढ़ा हो चुका है, ये सिर्फ साडा भरम है। पर कहिंदी असी सारी उम्र ता उम्र बचपन ही जिउंदे आ। जम्मण वेले सिर्फ जम्मण वाला ही रोंदा है, जन्म देण वाली तां घिरी हुंदी है अपनी ही पीड़ च, तां बाकी जग सारा हसदा रोंदा या हैरान हुंदा है। ते फिर उह कहिंदी है कि जदों बच्चे का जन्म हुंदा है तां जन्म लैण वाला बच्चा ही रोंदा हुंदा है, ते उहदी मां जम्मण पीड़ां दे करके ਉਹ ਦਰਦ ਦੇ ਵਿੱਚ ਘਿਰੀ ਹੁੰਦੀ ਹੈ, ਪੀੜ ਵਿੱਚ ਘਿਰੀ ਹੁੰਦੀ ਹੈ, ਤੇ ਬਾਕੀ ਸਾਰਾ ਹੀ ਜੱਗ ਸਾਰਾ ਸੰਸਾਰ ਸਾਰੀ ਦੁਨੀਆ ਹੱਸਦੀ ਹੁੰਦੀ ਹੈ ਉਸ ਬੱਚੇ ਦੇ ਨਾਲ ਸੰਬੰਧਿਤ, ਜਾਂ ਫਿਰ ਉਹ ਰੋ ਰਹੀ ਹੁੰਦੀ ਹੈ ਜਾਂ ਫਿਰ ਹੈਰਾਨ ਹੋ ਰਹੀ ਹੁੰਦੀ ਹੈ। ਜੇਕਰ ਮੁੰਡਾ ਜੰਮੇਗਾ, ਮੁੰਡਾ ਪੈਦਾ ਹੁੰਦਾ ਹੈ, ਫਿਰ ਤਾਂ ਲੋਕ ਖੁਸ਼ ਹੁੰਦੇ ਆ। ਜੇਕਰ ਕੁੜੀ ਹੋ ਜਾਂਦੀ ਹੈ ਫਿਰ ਉਹ ਰੋਂਦੇ ਆ, ਕਈ ਹੈਰਾਨ ਹੁੰਦੇ ਆ ਕਿ ਸੋਚਿਆ ਤਾਂ ਆ ਸੀ ਆਹ ਹੋ ਗਿਆ ਹੈ ਨਾ। ਤੇ ਇੰਝ ਸਾਰੀ ਉਮਰ ਅਸੀਂ ਚੁੱਪ ਚੁੱਪ ਕੇ ਲੁਕ ਲੁਕ ਕੇ ਰੁਕ ਰੁਕ ਕੇ ਡੁਸਕ ਡੁਸਕ ਕੇ ਚੀਕ ਚੀਕ ਕੇ ਜਾਂ ਹੱਸ ਹੱਸ ਕੇ ਰੋਂਦੇ ਹਾਂ, ਤੇ ਬਾਕੀ ਜੱਗ ਸਾਰਾ ਹੱਸਦਾ ਹੈ, ਤਰਸ ਕਰਦਾ ਹੈ ਜਾਂ ਹੈਰਾਨ ਹੁੰਦਾ ਹੈ। ਤੇ ਇਸ ਤਰ੍ਹਾਂ ਕਵਿਤਰੀ ਦਾ ਕਹਿਣਾ ਹੈ ਕਿ ਅਸੀਂ ਸਾਰੀ ਜ਼ਿੰਦਗੀ ਇਸੇ ਤਰੀਕੇ ਨਾਲ ਬਤੀਤ ਕਰ ਦਿੰਦੇ ਹਾਂ। ਕਦੇ ਚੁੱਪ ਰਹਿੰਦੇ ਹਾਂ, ਕਦੇ ਲੁਕ ਲੁਕ ਕੇ ਰੋਂਦੇ ਹਾਂ, ਕਦੇ ਰੁਕ ਰੁਕ ਕੇ ਚੱਲਦੇ ਹਾਂ, ਕਦੇ ਡੁਸਕਦੇ ਹਾਂ, ਕਦੇ ਚੀਕਾਂ ਮਾਰਦੇ ਹਾਂ, ਕਦੇ ਹੱਸਦੇ ਹਾਂ, ਕਦੇ ਰੋਂਦੇ ਹਾਂ। ਇਸੇ ਤਰੀਕੇ ਦੇ ਨਾਲ ਅਸੀਂ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਾਂ, ਅਤੇ ਬਾਕੀ ਸਾਰਾ ਜੱਗ ਜਾਂ ਤਾਂ ਹੱਸਦਾ ਜਾਂ ਫਿਰ ਉਹਨਾਂ ਨੂੰ ਤਰਸ ਆਉਂਦਾ ਜੇਕਰ ਕਿਸੇ ਨਾਲ ਮਾੜਾ ਹੋ ਜਾਂਦਾ, ਜਾਂ ਫਿਰ ਹੈਰਾਨ ਹੁੰਦਾ ਜੋ ਉਹਨਾਂ ਨੇ ਸੋਚਿਆ ਨਹੀਂ ਹੁੰਦਾ, ਜੋ ਉਹ ਹੋ ਜਾਂਦਾ ਫਿਰ ਉਹ ਹੈਰਾਨ ਹੁੰਦੇ ਆ। ਬਸ ਕੋਈ ਹੀ ਹੁੰਦਾ ਹੈ ਮਾਂ ਵਰਗਾ ਜੋ ਸਾਡੇ ਨਾਲ ਹੁੰਦਾ ਹੈ, ਭਾਵੇਂ ਉਹ ਵੀ ਘਿਰਿਆ ਹੁੰਦਾ ਹੈ ਆਪਣੀ ਹੀ ਕਿਸੇ ਪੀੜ ਦੀ ਪਰਿਕਰਮਾ ਵਿੱਚ। ਤੇ ਸੰਸਾਰ ਦੇ ਵਿੱਚ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੋ ਤੁਹਾਡੇ ਨਾਲ ਲਗਾਵ ਰੱਖਦੇ ਆ, ਮੋਹ ਰੱਖਦੇ ਆ। ਬਸ ਕੋਈ ਕੋਈ ਹੁੰਦਾ ਟਾਵਾਂ ਹੁੰਦਾ ਜੋ ਮਾਂ ਵਰਗਾ ਹੁੰਦਾ, ਜੋ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਸਹਿਯੋਗ ਦਿੰਦਾ। ਭਾਵੇਂ ਇਹ ਨਹੀਂ ਹੈ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਨੂੰ ਝੱਲਦਾ, ਜਿਵੇਂ ਮਾਂ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਜ਼ਰੂਰ ਝੱਲਣੀਆਂ ਪੈਂਦੀਆਂ, ਪਰ ਫਿਰ ਵੀ ਉਹ ਆਪਣੇ ਬੱਚਿਆਂ ਦੇ ਨਾਲ ਹੁੰਦੀ ਆ, ਸਾਥ ਦਿੰਦੀ ਹੈ। ਇਸੇ ਤਰ੍ਹਾਂ ਨਾਲ ਕੋਈ ਟਾਵਾਂ ਟਾਵਾਂ ਐਸਾ ਵੀ ਹੁੰਦਾ ਹੈ ਜੋ ਮਾਂ ਦੀ ਤਰ੍ਹਾਂ ਤੁਹਾਡਾ ਸਾਥ ਦਿੰਦਾ, ਪਰ ਉਹ ਵੀ ਆਪਣੇ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਵਿੱਚ ਘਿਰਿਆ ਉਹਨਾਂ ਪੀੜਾਂ ਦੀ ਪਰਿਕਰਮਾ। ਜਦੋਂ ਆਪਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾਂਦੇ ਹਾਂ ਤਾਂ ਉੱਥੇ ਗੁਰਦੁਆਰੇ ਦੀ ਮੰਦਰ ਦੀ ਪਰਿਕਰਮਾ ਕਰਦੇ ਨਾ, ਇਸੇ ਤਰੀਕੇ ਨਾਲ ਕਹਿੰਦੇ ਉਹ ਵੀ ਆਪਣੀ ਪੀੜਾਂ ਦੀ ਪਰਿਕਰਮਾ ਕਰ ਰਿਹਾ ਹੁੰਦਾ, ਪਰ ਫਿਰ ਵੀ ਸਾਡਾ ਉਹ ਸਾਥ ਦਿੰਦਾ। ਰੋਜ਼ ਅਸੀਂ ਡਿੱਗਦੇ ਹਾਂ, ਉੱਠਦੇ ਹਾਂ, ਸੱਠ ਖਾ ਕੇ ਖੂਬ ਰੋਂਦੇ ਹਾਂ, ਇਹੀ ਜ਼ਿੰਦਗੀ ਆ ਸਾਡੀ। ਹਰ ਰੋਜ਼ ਕਿਤੇ ਨਾ ਕਿਤੇ ਸਾਨੂੰ ਧੱਕਾ ਲੱਗਦਾ, ਹਰ ਰੋਜ਼ ਅਸੀਂ ਕਿਹੜਾ ਰਾਸਤਾ ਸਾਡੇ ਲਈ ਫੁੱਲਾਂ ਦਾ ਬਣਿਆ ਹੋਇਆ ਉਹਦੇ 'ਤੇ ਹੀ ਚੱਲਣਾ, ਔਰ ਖੁਸ਼ੀਆਂ ਹੀ ਖੁਸ਼ੀਆਂ ਜੀਵਨ ਦੇ ਵਿੱਚ ਨਾ ਬਹੁਤ ਕੁਛ ਆਉਂਦਾ। ਕਦੇ ਸਾਨੂੰ ਦੁੱਖ ਝੱਲਣੇ ਪੈਂਦੇ, ਕਦੇ ਸਾਨੂੰ ਧੱਕੇ ਖਾਣੇ ਪੈਂਦੇ ਆ, ਹਮੇਸ਼ਾ ਜੋ ਅਸੀਂ ਚਾਹੁੰਦੇ ਉਹੀ ਥੋੜ੍ਹੀ ਸਾਨੂੰ ਮਿਲਦਾ। ਇਸ ਤਰ੍ਹਾਂ ਕਹਿੰਦਾ, ਇਸ ਤਰ੍ਹਾਂ ਪਾਲ ਕੌਰ ਦਾ ਕਹਿਣਾ ਹੈ ਕਿ ਅਸੀਂ ਕਦੇ ਡਿੱਗਦੇ ਹਾਂ, ਕਦੇ ਉੱਠ ਖੜਦੇ ਹਾਂ, ਅਤੇ ਕਈ ਵਾਰੀ ਸੱਟ ਲੱਗਣ ਦੇ ਨਾਲ ਕੋਈ ਐਸੀ ਜ਼ਿੰਦਗੀ ਦੇ ਵਿੱਚ ਤਕਲੀਫ ਆਉਂਦੀ ਹੈ, ਕੋਈ ਸਮੱਸਿਆ ਆਉਂਦੀ ਹੈ ਜਿਹਦੇ ਨਾਲ ਅਸੀਂ ਖੂਬ ਰੋਂਦੇ ਹਾਂ, ਅਤੇ ਫਿਰ ਤੁਰ ਪੈਂਦੇ ਹਾਂ ਅਗਲੀ ਸੱਟ ਦੇ ਸਫ਼ਰ 'ਤੇ। ਇਹੀ ਜ਼ਿੰਦਗੀ ਹੈ ਕਿ ਇੱਕ ਵਾਰੀ ਅਗਰ ਜੀਵਨ ਦੇ ਵਿੱਚ ਕੋਈ ਰੋਕ ਆ ਜਾਂਦੀ ਹੈ ਤਾਂ ਫਿਰ ਅਸੀਂ ਰੁਕਦੇ ਹਾਂ, ਥੋੜ੍ਹਾ ਟਾਈਮ ਰੋਂਦੇ ਹਾਂ ਨਾ, ਉਸ ਤਕਲੀਫ ਦੇ ਵਿੱਚੋਂ ਲੰਘਦੇ ਲੰਘਦੇ ਹੌਲੀ ਹੌਲੀ ਫਿਰ ਅਸੀਂ ਆਪਣੇ ਸਫ਼ਰ ਅਗਲੇ ਸਫ਼ਰ ਦੇ ਉੱਤੇ ਤੁਰ ਪੈਂਦੇ ਹਾਂ।
रोज असी टुटदे हाँ बिखरदे हाँ ते शाम नू किरचां इकट्ठियां कर मुड़ साबत जहे हो टुटण लई तैयार हो बैंदे हाँ। ये इंसान की प्रवृत्ति है, साडे मनुखां की प्रवृत्ति है कि जो भी है जिंदगी दीयां समस्यावां नू झलदा होया भी वह टुट के भी फिर जुड़दा है, आस करदा है कि आने वाली जिंदगी सोहनी होएगी। इसे करके पाल कौर कहिंदी है कि वह टुटदा है बिखरदा है फिर अपनियां किरचां नू अपने बिखरे हुए टोटियां नू इकट्ठा कर लैंदा है ते फिर साबत जिहा हो के फिर तुर पैंदा है, क्योंकि अगे वाली जिंदगी दे विच कड़ा फिर हुण मौजां बहारां है ना तुहानू मिलणगियां, फिर भी तो कोई ना कोई इहो जी टक्कर साडी होएगी, फिर सानू समस्यावां दे विच घिरना पएगा ही, पर फिर भी असीं तुरदे जरूर हाँ। बस सारी उम्र असीं तुरना जुड़ना ही सीखते रहने हाँ, है ना। साडी जिंदगी दा अनुभव सानू सिखाउंदा है, जेकर एक बारी साडी जिंदगी दे विच समस्या आई है तो सानू सिखाउंदी है कि अगे भी जिंदगी दे विच इहो जिहियां समस्यावां आणगियां ते असीं उहनां नू किस तरह हल करना है। नित नवे खड़ौने की इच्छा मंग ते जिद करते हाँ, जिवें बच्चा उहदी मंग हुंदी है कि मैनूं कोई ना कोई नवा खड़ौना मिल जावे, है ना, फिर वह जिद करता है उस खड़ौने नूं लैण दी। उसे तरीके दे नाल भावें असीं किसे भी उम्र दे विच चले जाइए साडी भी इच्छा हुंदी है कुछ ना कुछ नवा साडे कोल होवे, ठीक है, असीं फिर जिद करते हाँ, जिद दे नाल उस चीज़ नूं प्राप्त करन दी कोशिश करते हाँ, उहदे विच असीं लग जाने हाँ। ये की है, भावें बच्चा है भावें जवान है भावें बुढ़ा है, सारयां दी इक्को जिही इक्को जिहा व्यवहार सारयां दी इक्को जिही प्रवृत्ति। लैंदे हाँ खेडदे हाँ तोड़दे हाँ रोंदे हाँ ते आखिर शांत हो जांदे हाँ। यही कुछ बच्चा करदा, उही कुछ जवान करदा, उही कुछ एक बुढ़ा इंसान करदा है। फिर जो भी साडी इच्छा हुंदी है उहदे अनुसार असीं उह चीज़ लै लैंदे हाँ, उहदे नाल जिन्ना चिर असीं खेडणा है खेडदे हाँ, जदों तक साडा मन नहीं भरदा फिर तोड़ दिंदे हाँ, फिर जदों टुट जांदा है फिर सानूं अहसास हुंदा कि इह तां बहुत सोहणा सीगा, फिर असीं रोण लग जांदे हाँ। जदों साडे कोई चीज़ सानूं कोई मिल जांदी है फिर उहदी ओनी कदर थोड़ी हुंदी है, पहलां ज़्यादा हुंदी है क्योंकि सानूं उह चाहीदा हुंदा है। जदों सानूं मिल जांदी है उह चीज़ भावें कुछ भी होवे भावें कोई रिश्ता होवे है ना माँ बाप ही होण, पर जदों उह साडे कोलों खुस जांदे आ फिर सानूं महसूस हुंदा है कि नहीं तां बहुत कीमती सीगे है ना जिन्हां नूं असीं गवा लिया, ठीक है। फिर हौली हौली क्योंकि वह चीज़ अं गवा चुके हैं रो लैने रो के भी साड़ा कुछ नहीं बनता तो फिर आखिर आप शांत हो जाने बिल्कुल बच्चों की तरह। एवें जवानी के भरम इश्क के दाव्या खेडते रहते हाँ, फिर बंदा जदों जवान होंदा फिर उन्होंने लगता है कि हुण मैं बच्चा नहीं हाँ, है ना, फिर उन्होंने जवानी का भरम पै जाता कि मैं तो हुण वड्डा हो गया, फिर वो इश्क की दुनिया के पैर धरता है उत्थे खेड़दा है। फिर कहिंदा एवें सियाणे होण दा भुलेखा पाल वरियां दे हथियार नाल अड़ियां जितदे रहिंदा है रहिंदे हां। फिर इह भुलेखा जिहा पैंदा बंदे नूं कि मैं मेरी उम्र वध गई है ना कद लंबा हो गया ते हुण मैं सियाणा हो गया, इह भी पाल कौर दा कहिणा है कि साडा इक भुलेखा ही है। फिर असीं सालों साल लड़ाइयां दे विच पए रहिंदे हां, कुछ साड़ियां अड़ियां होंदियां साड़ियां जिदा होंदियां जिन्हां नूं पगाण दे लई असीं हथियारां दीआं खेडां खेडदे हाँ, फिर वह अड़ी जो भी साड़ी जिद हुंदी है उहनूं पगाउण दे लई असीं कोशिशां दे विच लगे रहिंदे हाँ। फिर इन्हां जिदा नूं पूरा करन दे लई पापड़ बेलदे रहिंदे हाँ। असीं ता उमर मेले च गुआचे भरे नैणां नाल किसे ना किसे नूं पुकारदे रहिंदे हाँ। ता उम्र मतलब सारी उम्र, फिर असी सारी उम्र जिवें कोई बच्चा मेले दे विच गुआच जांदा है उहो जिहा व्यवहार असी वतीरा करदे हाँ, रोण लग जाने हाँ ते पुकारदे रहने हाँ, जिवें एक बच्चा गुआचिया होया अपने माँ बाप नूं पुकारदा रहिंदा है कुछ ना कुछ लभदा रहिंदा है। असी ता उम्र बचपन ही जिउंदे हाँ, हाँ हौली हौली साडे नक्श पकदे जांदे ने ते साडियां रगां च भरदी जांदी है नाटकी कला जां शलबल। तो इस तरह कवित्री कहती है कि असी सारी उम्र बचपन ही जिउंदे हाँ, भावें हौली हौली जिवें जिवें साडी उम्र वधदी है कद काठ लंबा हुंदा है तो साडे नक्श साडे अंग वह पकते जाते हैं, उंगलों च जान आ जाती है चेहरा जड़ा उहदे नैण नक्श वह सियाणे जापदे है,
ਅੰਗਾਂ ਦਾ ਕੂਲਾਪਨ ਨੂੰ ਖਤਮ ਹੋ ਜਾਂਦਾ ਹੈ। ਤੇ ਇਸ ਤਰ੍ਹਾਂ ਕਹਿੰਦੇ ਹੌਲੀ ਹੌਲੀ ਸਾਡੀਆਂ ਰਗਾਂ 'ਚ ਭਰਦੀ ਜਾਂਦੀ ਹੈ ਨਾਟਕੀ ਕਲਾ ਜਾਂ ਛਲਬਲ। ਤੇ ਫਿਰ ਜਿਵੇਂ ਜਿਵੇਂ ਸਾਡੇ ਅੰਗ ਲਹਿਰੇ ਅੰਗ ਉਹ ਪੱਕਣੇ ਸ਼ੁਰੂ ਹੋ ਜਾਂਦੇ ਆ ਤੇ ਸਾਨੂੰ ਡਰਾਮਾ ਕਰਨਾ ਵੀ ਆ ਜਾਂਦਾ ਹੈ, ਨਾਟਕੀ ਕਲਾ ਸਾਡੇ ਵਿੱਚ ਭਰ ਜਾਂਦੀ ਹੈ। ਸਾਨੂੰ ਪਤਾ ਹੁੰਦਾ ਕਿਹੜੇ ਵੇਲੇ ਕਿਸ ਤਰ੍ਹਾਂ ਦਾ ਰੋਲ ਅਸੀਂ ਨਿਭਾ ਕੇ ਅਗਲੇ ਨੂੰ ਆਪਣੇ ਜਾਲ 'ਚ ਫਸਾ ਸਕਦੇ ਹਾਂ। ਚਲਾਕੀਆਂ ਚੁਸਤੀਆਂ ਸਾਡੇ 'ਚ ਵੱਧ ਜਾਂਦੀਆਂ ਹੈ ਨਾ, ਸਾਨੂੰ ਛਲ ਕਪਟ ਕਰਨਾ ਆ ਜਾਂਦਾ, ਲੋਕਾਂ ਨੂੰ ਆਪਣੇ ਝਾਂਸੇ ਦੇ ਵਿੱਚ ਅਸੀਂ ਕਿੱਦਾਂ ਫਸਾਉਣਾ ਇਹ ਸਾਨੂੰ ਆ ਜਾਂਦਾ। ਅਸੀਂ ਤਾਂ ਅਮਰ ਬਚਪਨ ਹੀ ਜਿਉਂਦੇ ਹਾਂ, ਆਰੰਭ ਬਿੰਦੂ 'ਤੇ ਅਸੀਂ ਰੋਂਦੇ ਹਾਂ। ਅਤੇ ਇਸ ਤਰ੍ਹਾਂ ਕਵਿਤਰੀ ਦਾ ਕਹਿਣਾ ਕਿ ਅਸੀਂ ਸਾਰੀ ਉਮਰ ਬਚਪਨ ਹੀ ਜਿਉਂਦੇ ਹਾਂ, ਆਰੰਭ ਬਿੰਦੂ ਜਦੋਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਅਸੀਂ ਰੋਂਦੇ ਹਾਂ, ਜੱਗ ਸਾਰਾ ਹੱਸਦਾ ਰੋਂਦਾ ਜਾਂ ਹੈਰਾਨ ਹੁੰਦਾ। ਅਤੇ ਇਸ ਤਰ੍ਹਾਂ ਬਾਕੀ ਦੁਨੀਆ ਜਾਂ ਹੱਸ ਰਹੀ ਹੁੰਦੀ ਹੈ ਜਾਂ ਰੋ ਰਹੀ ਹੁੰਦੀ ਹੈ ਜਾਂ ਉਹ ਹੈਰਾਨ ਹੋ ਰਹੀ ਹੁੰਦੀ ਹੈ, ਅਤੇ ਅੰਤਿਮ ਬਿੰਦੂ 'ਤੇ ਅਸੀਂ ਸਾਰੇ ਜੱਗ 'ਤੇ ਹੱਸ ਕੇ ਜਾਂ ਰੋ ਕੇ ਚੁੱਪ ਹੋ ਜਾਂਦੇ ਹਾਂ, ਅਤੇ ਜੱਗ ਸਾਰਾ ਉਦੋਂ ਵੀ ਹੱਸਦਾ ਜਿਹਾ ਰੋਂਦਾ ਹੈ। ਅਤੇ ਇਸ ਤਰ੍ਹਾਂ ਅੰਤ ਵੀ ਸਾਡਾ ਹੋਣਾ ਹੀ ਹੈ ਨਾ। ਅਤੇ ਅੰਤ ਦੇ ਵਿੱਚ ਅੰਤਿਮ ਬਿੰਦੂ 'ਤੇ ਮਤਲਬ ਜਦੋਂ ਮੌਤ ਸਾਨੂੰ ਆਉਂਦੀ ਹੈ ਤਾਂ ਉਸ ਵੇਲੇ ਤੱਕ ਅਸੀਂ ਹੱਸ ਕੇ ਰੋ ਕੇ ਆਪਣੀ ਜ਼ਿੰਦਗੀ ਨੂੰ ਹੰਢਾ ਕੇ ਬੱਚਿਆਂ ਦੀ ਤਰ੍ਹਾਂ ਚੁੱਪ ਹੋ ਜਾਂਦੇ ਹਾਂ, ਇਸ ਸੰਸਾਰ ਤੋਂ ਚਲੇ ਜਾਂਦੇ ਹਾਂ, ਸੰਸਾਰ ਨੂੰ ਛੱਡ ਜਾਂਦੇ ਹਾਂ। ਅਤੇ ਸਾਰਾ ਜੱਗ ਇੱਥੇ ਹੁਣ ਪ੍ਰਸ਼ਨ ਚਿੰਨ੍ਹ ਹੈ, ਅਤੇ ਜੱਗ ਸਾਰਾ ਉਦੋਂ ਵੀ ਹੱਸਦਾ ਜਿਹਾ ਰੋਂਦਾ ਹੈ, ਇੱਥੇ ਪ੍ਰਸ਼ਨ ਚਿੰਨ੍ਹ ਹੈ। ਅਤੇ ਉਦੋਂ ਸਾਰਾ ਸੰਸਾਰ ਹੱਸ ਰਿਹਾ ਹੁੰਦਾ ਜਾਂ ਰੋ ਰਿਹਾ ਹੁੰਦਾ ਸਾਡੀ ਮੌਤ ਦੇ ਉੱਤੇ, ਉਹਨਾਂ ਨੂੰ ਦੁੱਖ ਹੁੰਦਾ ਜਾਂ ਫਿਰ ਖੁਸ਼ੀ ਹੁੰਦੀ ਹੈ, ਇੱਥੇ ਕਵਿਤਰੀ ਦਾ ਪ੍ਰਸ਼ਨ ਹੈ। ਕਿ ਵਾਕਈ ਜਿਹੜੇ ਰੋ ਰਹੇ ਹੁੰਦੇ ਉਹ ਦੁਖੀ ਹੁੰਦੇ ਆ ਸਾਡੇ ਮਰਨ 'ਤੇ? ਸ਼ਾਇਦ ਉਹ ਖੁਸ਼ ਹੀ ਹੋਣ। ਕਹਿੰਦਾ ਹੱਸਦਾ ਜਿਹਾ ਰੋਂਦਾ ਹੈ ਨਾ, ਰੋਂਦਾ ਸਿਰਫ ਦਿਖਾਵੇ ਦੇ ਲਈ, ਲੋਕਾਂ ਨੂੰ ਦਿਖਾਉਣ ਦੇ ਲਈ ਰੋਂਦੇ ਆ, ਤੇ ਵੈਸੇ ਅੰਦਰੋਂ ਉਹ ਖੁਸ਼ ਹੀ ਹੁੰਦੇ ਆ। ਸੋ ਇਸ ਤਰ੍ਹਾਂ ਕਵਿਤਰੀ ਦੇ ਅਨੁਸਾਰ ਇੱਕ ਇਨਸਾਨ ਇਸ ਦੁਨੀਆ ਵਿੱਚ ਆ ਕੇ ਸਾਰੀ ਉਮਰ ਬਚਪਨ ਹੀ ਬਿਤਾਉਂਦਾ, ਬੱਚੇ ਦੀ ਤਰ੍ਹਾਂ ਉਹ ਵਿਵਹਾਰ ਕਰਦਾ।